ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਅਸੀਂ ਬਹੁਤ ਲੋਕਾਂ ਨੇ ਸ਼ੇਅਰ ਕੀਤੀ ਹੈ, ਦੱਬ ਕੇ ਸ਼ੇਅਰ ਕੀਤਾ, ਉਸਨੂੰ ਇੰਨਾ ਕੁ ਮਸ਼ਹੂਰ ਕਰ ਦਿੱਤਾ ਵਾ ਕਿ ਉਹ ਹੁਣ ਨਵੇਂ ਤੋਂ ਨਵੇਂ ਗਾਣੇ ਜਿਹੜੇ ਨੇ ਬੋਲ ਰਹੀ ਹੈ। ਤਾਂ ਜਿਸਦੇ ਚੱਲਦਿਆਂ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਬੱਚੇ ਦੀ ਤਸਵੀਰ ਦਿਖਾਵਾਂਗੇ, ਇੱਕ ਬੱਚੇ ਦੇ ਨਾਲ ਮਿਲਾਵਾਂਗੇ। 15 ਸਾਲ ਉਸਦੀ ਉਮਰ ਆ, ਗਾਣ ਦਾ ਸ਼ੌਂਕ ਰੱਖਦਾ ਵਾ, ਪਰ ਸਪੋਰਟ ਦੀ ਲੋੜ ਆ। ਗੱਲਾਂ ਕਿੱਥੇ ਰਹਿ ਗਈਆਂ ਨੀ ਜਿਹੜੀਆਂ ਸੀ ਕਰਦੀ। ਗਾਇਕੀ ਹੈ ਜਿਹੜੀ ਇੱਕ ਸਮੁੰਦਰ ਆ, ਇਹਦੇ ਵਿੱਚ ਛਲਾਂਗ ਲਾਈਏ, ਇਹਦਾ ਪਤਾ ਨਹੀਂ ਸਾਰੀ ਉਮਰ ਸਿੱਖਦਿਆਂ ਨਿਕਲ ਜਾਂਦੀ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਂ ਸਰਦੂਲ ਸਿਕੰਦਰ ਦਾ ਫੈਨ ਹਾਂ, ਸਰਦੂਲ ਸਿਕੰਦਰ ਉਹਨਾਂ ਨੇ ਸਾਰੀ ਉਮਰ ਹੀ ਆਪਣੀ ਸਿੱਖਣ ਦੇ ਲਾ ਦਿੱਤੀ। ਜਾ ਅੱਖੋਂ ਲੈ ਹੋ ਜਾਨੀ ਨਾਲੇ ਜਸ਼ਨ ਮਨਾ ਲੈ ਗੈਰਾਂ ਦੇ, ਮੈਂ ਕਿਵੇਂ ਸਜਾਵਾਂ ਦਿਲ ਅੜੀਏ ਜੋ ਤੂੰ ਲੱਤਰ ਗਈ ਵਿੱਚ ਪੈਰਾਂ ਦੇ। ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ ਬਨ ਕੈਦਨ ਕਿਰ ਗਈ, ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਦੇਖੋ ਜੀ, ਮੁਸ਼ਕਿਲਾਂ ਤਾਂ ਹੈਗੀਆਂ ਹੀ ਆ, ਫਾਦਰ ਸਾਹਿਬ ਤਾਂ ਇਹਦੇ ਬਾਹਰ ਹੀ ਗਏ ਅਤੇ ਮੈਂ ਆਪਣਾ ਭੂਆ ਜੀ ਹੁੰਦੇ ਆ ਇਕੱਲੇ ਘਰ, ਅਤੇ ਕਿਤੇ ਕਿਰਾਏ 'ਤੇ ਰਹਿਣਾ ਵੀ ਥੋੜ੍ਹਾ ਔਖਾ ਆ। ਅਤੇ ਮਾਵਾ ਕਈ ਲੜੋਦੀਆਂ, ਇਹ ਵੀ ਚਲੋ ਥੋੜ੍ਹਾ ਸਿੰਗਿੰਗ 'ਚ ਸਾਨੂੰ ਵੀ ਹੁੰਦਾ ਵੀ ਚਲੋ ਬੱਚਾ ਸਿੱਧੇ ਰਾਹ ਲੱਗਿਆ, ਕਈ ਤੁਹਾਨੂੰ ਪਤਾ ਅੱਜ ਕੱਲ੍ਹ ਨਸ਼ਿਆਂ 'ਚ ਵੜ ਜਾਂਦੇ, ਕਦੇ ਕਿਤੇ ਕੋਈ ਕਰਦਾ ਰਹਿੰਦਾ ਗਲਤ ਕੰਮ, ਪਰ ਇਹ ਸਾਨੂੰ ਇੰਨਾ ਵੀ ਮਾਣ ਇਹਦੇ 'ਤੇ ਆਪਣਾ ਬੱਚਾ ਸਹੀ ਹੈਗਾ। ਤੇ ਸੁਖੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਆ ਸਜਣੀ ਰਲ ਗੱਲਾਂ ਕਰੀਏ ਸਾਨੂੰ ਅੰਤ ਵਿਛੜਨਾ ਪੈ ਜਾਣਾ, ਮੈਂ ਕੀ ਕਰਦੀ ਵੇ ਦੱਸ ਸੱਜਣਾ, ਨੀ ਤੂੰ ਜਾਂਦੀ ਵਾਰੀ ਕਹਿ ਜਾਣਾ। ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਅਸੀਂ ਬਹੁਤ ਲੋਕਾਂ ਨੇ ਸ਼ੇਅਰ ਕੀਤੀ ਹੈ, ਦੱਬ ਕੇ ਸ਼ੇਅਰ ਕੀਤਾ, ਉਸਨੂੰ ਇੰਨਾ ਕੁ ਮਸ਼ਹੂਰ ਕਰ ਦਿੱਤਾ ਵਾ ਕਿ ਉਹ ਹੁਣ ਨਵੇਂ ਤੋਂ ਨਵੇਂ ਗਾਣੇ ਜਿਹੜੇ ਨੇ ਬੋਲ ਰਹੀ ਹੈ। ਤਾਂ ਜਿਸਦੇ ਚੱਲਦਿਆਂ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਬੱਚੇ ਦੀ ਤਸਵੀਰ ਦਿਖਾਵਾਂਗੇ, ਇੱਕ ਬੱਚੇ ਦੇ ਨਾਲ ਮਿਲਾਵਾਂਗੇ। 15 ਸਾਲ ਉਸਦੀ ਉਮਰ ਆ, ਗਾਣ ਦਾ ਸ਼ੌਂਕ ਰੱਖਦਾ ਵਾ, ਪਰ ਸਪੋਰਟ ਦੀ ਲੋੜ ਆ। ਸਪੋਰਟ ਕੌਣ ਕਰਨਗੇ? ਦਰਸ਼ਕ। ਜਿਸ ਤਰੀਕੇ ਨਾਲ ਅਸੀਂ ਬਾਕੀਆਂ ਦੀ ਸਪੋਰਟ ਕਰਦੇ ਹਾਂ, ਉਸੇ ਤਰੀਕੇ ਨਾਲ ਇਸ ਬੱਚੇ ਦੀ ਵੀ ਸਪੋਰਟ ਕਰਨੀ ਚਾਹੀਦੀ ਹੈ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਸਕਿੱਪ ਨਾ ਕਰਿਓ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚੱਲਿਓ ਨਾਲ ਦੀ ਨਾਲ। ਅਸੀਂ ਉਸ ਨੌਜਵਾਨ ਉਸ ਬੱਚੇ ਦੇ ਨਾਲ ਗੱਲ ਕਰ ਲਾਂਗੇ ਜਿਸਨੇ ਗਾਣ ਦਾ ਸ਼ੌਂਕ ਰੱਖਿਆ ਵਾ ਪਰ ਸਪੋਰਟ ਨਹੀਂ ਹੈਗੀ। ਪਰਿਵਾਰ ਪੱਖੋਂ ਗੱਲ ਕਰੀਏ, ਬਾਪ ਉਸਦਾ ਕੁਵੈਤ ਦੇ ਵਿੱਚ ਡਰਾਈਵਰੀ ਕਰਦਾ ਵਾ, ਮਾਤਾ ਜਿਹੜੇ ਨੇ ਉਹਦੇ ਹਾਊਸ ਵਾਈਫ ਨੇ, ਘਰ ਦੇ ਵਿੱਚ ਇਕਲੌਤਾ ਪੁੱਤ ਆ। ਗੱਲਬਾਤ ਕਰ ਲਾਂਗੇ ਉਸ ਬੱਚੇ ਦੇ ਨਾਲ। ਬੱਚਾ ਨਾਮ ਕੀ? ਪਹਿਲਾਂ ਨਾਮ ਦੱਸ ਦੇ ਆਪਾਂ। ਜਤਿਨ। ਅੱਛਾ ਜਤਿਨ, ਗਾਣ ਦਾ ਸ਼ੌਂਕ ਕਦੋਂ ਦਾ ਫਿਰ ਆਪਾਂ ਨੂੰ? ਮੈਨੂੰ ਛੋਟੀ ਉਮਰ ਤੋਂ ਸੀ। ਹਾਂਜੀ। ਕਿਹਦੇ ਕੋਲ ਸਿੱਖਿਆ? ਸਿੱਖਦੇ ਹੋ ਕਿਸੇ ਕੋਲ ਜਾਂ ਆਪ ਹੀ ਘਰ ਆਪ ਮੁਹਾਰੇ ਹੀ ਲੱਗੇ? ਨਹੀਂ ਸਿੱਖਦੇ। ਹਾਂਜੀ। ਕਿਸ ਤਰੀਕੇ ਦਾ ਗਾਉਂਦੇ ਹੋ ਫਿਰ ਤੁਸੀਂ? ਸੈਡ ਸੌਂਗ ਸੰਗ ਗਾਉਂਦੇ ਹੋ ਕਿ ਜਾਂ ਫਿਰ ਦੂਸਰੇ ਜਿਹੜੇ ਰੋਮਾਂਟਿਕ ਸੌਂਗ ਹੁੰਦੇ ਨੇ ਉਹ ਗਾਉਂਦੇ? ਸੈਡ ਸੌਂਗ।
ਜ਼ਿਆਦਾ ਸੈਡ ਸੌਂਗ ਹੀ ਗਾਉਂਦੇ ਆ, ਜਾਨੀ ਕਿ ਕੰਠ ਕਲੇਰ ਦਾ ਪਿਆਰ ਆ। ਹਾਂਜੀ ਹਾਂਜੀ, ਸਰਦੂਲ ਸਿਕੰਦਰ ਸਾਹਿਬ। ਸਰਦੂਲ ਸਿਕੰਦਰ ਦੇ ਤੁਸੀਂ ਫੈਨ ਹੋ? ਹਾਂਜੀ। ਅੱਛਾ, ਪਰਿਵਾਰ ਪੱਖੋਂ ਤਾਂ ਮੈਂ ਪਹਿਲਾਂ ਦੱਸ ਦਿੱਤਾ ਦਰਸ਼ਕਾਂ ਨੂੰ ਕਿ ਫਾਦਰ ਸਾਹਿਬ ਬਾਹਰ ਰਹਿੰਦੇ ਨੇ, ਘਰ ਪੱਖੋਂ ਜੇਕਰ ਗੱਲ ਕਰੀਏ, ਗੁਜ਼ਾਰੇ ਪੱਖੋਂ ਘਰ ਦਾ ਗੁਜ਼ਾਰਾ ਇੱਕ ਵਧੀਆ ਤਰੀਕੇ ਨਾਲ ਹੁੰਦਾ? ਹਾਂਜੀ, ਬਹੁਤ ਵਧੀਆ। ਹਾਂਜੀ। ਅੱਛਾ, ਪੜ੍ਹਾਈ ਵੱਲ ਵੀ ਧਿਆਨ ਦਿੰਦੇ ਹੋ ਕਿ ਫਿਰ ਗਾਉਣ ਵੱਲ ਹੀ ਹੈ ਸਿੱਧਾ? ਨਹੀਂ ਨਹੀਂ, ਪੜ੍ਹਾਈ ਵੀ ਕਰਦੇ। ਚਲੋ, ਅਸੀਂ ਜ਼ਿਆਦਾ ਗੱਲਾਂ ਨਹੀਂ ਕਰਾਂਗੇ, ਸਿੱਧੀ ਸ਼ੁਰੂਆਤ ਕਰਾਂਗੇ ਤੁਹਾਡੇ ਗਾਣੇ ਤੋਂ। ਸੈਡ ਸੌਂਗ ਤੋਂ ਸ਼ੁਰੂਆਤ ਕਰ ਲੈਣੇ ਜੋ ਤੁਸੀਂ ਜ਼ਿਆਦਾ ਗਾਉਂਦੇ। ਹਾਂਜੀ ਹਾਂਜੀ। ਅੰਬਰਾਂ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ, ਉਹ ਪਤਾ ਨਹੀਂ ਸੀ ਸਾਡੇ ਨਾਲ ਹਾਇੰਜ ਵੈਰ ਕੱਢੇਗਾ, ਤੇਰੇ ਨਾਲ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ, ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ, ਤੇਰੇ ਕੋਲੋਂ ਯਾਰਾ ਵੇ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ, ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ, ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਬਿਲਕੁਲ ਬੱਚਾ, ਗਾਨਾ ਤਾਂ ਚਲੋ ਵਧੀਆ ਵਾ, ਚਲੋ ਉਹ ਤਾਂ ਦਰਸ਼ਕ ਫੈਸਲਾ ਕਰਨਗੇ ਕਿਸ ਤਰੀਕੇ ਨਾਲ ਤੁਸੀਂ ਗਾ ਲੈਂਦੇ ਹੋ, ਪਰ ਪੜ੍ਹਾਈ ਪੱਖੋਂ ਜੇਕਰ ਗੱਲ ਕੀਤੀ ਜਾਵੇ, ਸਮਾਂ ਕਿੱਦਾਂ ਕੱਢਦੇ ਹੋ ਫਿਰ ਸਾਰਾ, ਰਿਆਜ਼ ਕਰਨਾ, ਪੜ੍ਹਨਾ? ਰਿਆਜ਼ ਮੈਂ 2 ਘੰਟੇ ਕਰਦਾ ਰਾਤ ਨੂੰ। ਹਾਂਜੀ, ਸਾਰਾ ਦਿਨ ਪੜ੍ਹਾਈ ਕਰੀ ਦੀ ਇਸ ਕਰਕੇ। ਅਤੇ ਸਵੇਰੇ ਕਿੰਨੇ ਵਜੇ ਉੱਠ ਕੇ ਕਰਦੇ ਫਿਰ ਰਿਆਜ਼? ਸਵੇਰੇ 5 ਵਜੇ ਉੱਠ ਜਾਈਦਾ, 5 ਤੋਂ ਲੈ ਕੇ 7 ਤੱਕ। ਅੱਛਾ, ਕੋਈ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਅਜੇ ਤੱਕ? ਨਹੀਂ ਨਹੀਂ, ਅਜੇ ਨਹੀਂ ਮਿਲਿਆ। ਅੱਛਾ, ਆਪਣਾ ਦਿਲ ਪਰਚਾਉਂਦੇ ਹੋ ਮਹੱਲੇ ਦੇ ਲੋਕਾਂ ਨੂੰ ਜਾਂ ਮਹੱਲੇ ਦੇ ਨੌਜਵਾਨਾਂ ਨੂੰ ਖੁਸ਼ ਕਰਦੇ ਹੋ ਗਾਣੇ ਬੋਲ ਕੇ? ਹਾਂਜੀ, ਉਹ ਕਰਦੇ। ਅੱਛਾ, ਕੀ ਚਾਹੁੰਦੇ ਕੀ ਹੋ? ਕਿਉਂਕਿ ਇਸ ਗਾਇਕੀ ਹੈ ਜਿਹੜੀ, ਇੱਕ ਸਮੁੰਦਰ ਆ, ਇਹਦੇ ਵਿੱਚ ਛਲਾਂਗ ਲਾਈ ਹੈ, ਇਹਦਾ ਪਤਾ ਨਹੀਂ ਸਾਰੀ ਉਮਰ ਸਿੱਖਦਿਆਂ ਨਿਕਲ ਜਾਂਦੀ ਹੈ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਂ ਸਰਦੂਲ ਸਿਕੰਦਰ ਦਾ ਫੈਨ ਹਾਂ, ਸਰਦੂਲ ਸਿਕੰਦਰ ਉਹਨਾਂ ਨੇ ਸਾਰੀ ਉਮਰ ਹੀ ਆਪਣੀ ਸਿੱਖਣ ਦੇ ਲਾ ਦਿੱਤੀ, ਹੈ ਨਾ, ਇੱਕ ਚੰਗੇ ਨਾਮਵਰ ਗਾਇਕ ਬਣੇ। ਹਾਂਜੀ ਹਾਂਜੀ ਹਾਂਜੀ, ਬੜਾ ਟਫ ਹੈ ਗਾਣਾ, ਬਹੁਤ ਜ਼ਿਆਦਾ। ਨਹੀਂ, ਗਾਣਾ ਤਾਂ ਟਫ ਹੈਗਾ ਹੀ ਹੈਗਾ, ਸਫ਼ਰ ਵੀ ਬੜਾ ਟਫ ਆ। ਹਾਂਜੀ, ਰਾਹ ਵੀ ਬੜਾ ਔਖਾ। ਹਾਂਜੀ ਹਾਂਜੀ, ਬੜੀਆਂ ਮੁਸ਼ਕਲਾਂ ਆਉਣੀਆਂ ਇਸ ਰਾਹ 'ਚ। ਹਾਂਜੀ, ਬਹੁਤ ਜ਼ਿਆਦਾ। ਬਿਲਕੁਲ ਜੀ, ਬੱਚਾ ਵਾ, ਚਲੋ ਜਿੰਨੀ ਕੁ ਸਮਝਦਾ ਜ਼ਰੂਰ ਉਸਨੇ ਜਵਾਬ ਦਿੱਤਾ ਵਾ, ਪਰ ਅਸੀਂ ਨਾਲ ਦੀ ਨਾਲ ਇਹਦੇ ਕੋਈ ਗਾਣਾ ਫਿਰ ਸੁਣਾਂਗੇ, ਇੱਕ ਗਾਣਾ ਕੋਈ ਹੋਰ ਸੈਡ ਸੌਂਗ ਸਰਦੂਲ ਸਿਕੰਦਰ ਦਾ ਹੀ ਸੁਣਾ ਦਿਓ ਫਿਰ। ਜਾ ਅੱਖੋਂ ਲੈ ਹੋ ਜਾਣੀ ਨਾਲੇ ਜਸ਼ਨ ਮਨਾ ਲੈ ਗਹਿਰਾਂ ਦੇ, ਮੈਂ ਕਿਵੇਂ ਸਜਾਵਾਂ ਦਿਲ ਅੜੀਏ, ਜੋ ਤੂੰ ਲੱਤਰ ਗਈ ਵਿੱਚ ਪੈਰਾਂ ਦੇ, ਮੇਰੀ ਜ਼ਿੰਦਗਾਵਾਂ ਦੀਆਂ ਜੇਲਾਂ ਵਿੱਚ ਬਨ ਕੈਦਨ ਕਿਰ ਗਈ, ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਘਰ ਦੇ ਹੋਰ ਵੀ ਨਾਲ ਨੇ, ਗੱਲਬਾਤ ਕਰਨੀ ਚਾਹਾਂਗੇ, ਜ਼ਰੂਰ ਗੱਲਬਾਤ ਕਰ ਲਾਂਗੇ ਕਿ ਸਮਾਂ ਕਿੱਦਾਂ ਦਿੰਦੇ ਨੇ, ਕਿਉਂਕਿ ਸਫ਼ਰ ਬੜਾ ਲੰਬਾ ਵਾ ਅਤੇ ਬੜੀਆਂ ਮੁਸ਼ਕਲਾਂ ਵਾ,
ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਹੋਰ ਪਰਿਵਾਰਿਕ ਮੈਂਬਰ ਨੇ ਜਿਹੜੇ ਨਾਲ। ਭਾਈ ਸਾਹਿਬ ਸਮਾਂ ਬੜਾ ਦਿੰਦੇ ਨੇ, ਪੜ੍ਹਾਈ ਵੀ ਕਰਦੇ ਨੇ ਨਾਲ, ਗਾਇਕੀ ਵੀ ਕਰਨੀ ਹੈ ਨਾ, ਬੜਾ ਲੰਬਾ ਸਫ਼ਰ ਆ, ਇਹ ਤੈਅ ਕਰਨਾ ਬੜਾ ਔਖਾ ਵਾ। ਉੱਧਰੋਂ ਘਰ ਪੱਖੋਂ ਜੇ ਅਗਰ ਗੱਲ ਕੀਤੀ, ਫਾਦਰ ਸਾਹਿਬ ਜ਼ਰੂਰ ਬਾਹਰ ਗਏ ਨੇ, ਪਰ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ ਬੱਚੇ ਨੂੰ। ਹਾਂਜੀ ਦੇਖੋ ਜੀ, ਮੁਸ਼ਕਲਾਂ ਤਾਂ ਹੈਗੀਆਂ ਹੀ, ਫਾਦਰ ਸਾਹਿਬ ਤਾਂ ਇਹਦੇ ਬਾਹਰ ਹੀ ਗਏ, ਅਤੇ ਮੈਂ ਆਪਣਾ ਭੂਆ ਜੀ ਹੁੰਦੇ ਆ ਇਕੱਲੇ ਘਰ, ਅਤੇ ਕਿਤੇ ਕਿਰਾਏ 'ਤੇ ਰਹਿਣਾ ਵੀ ਥੋੜ੍ਹਾ ਔਖਾ ਆ। ਹਾਂਜੀ ਹਾਂਜੀ ਹਾਂਜੀ, ਆਪਣਾ ਘਰ ਨਹੀਂ ਹੈਗਾ ਹਾਲੇ ਜੀ। ਹਾਂਜੀ ਬਿਲਕੁਲ ਜੀ, ਇਹ ਹੈ ਵੀ ਚਲੋ ਥੋੜ੍ਹਾ ਸਿੰਗਿੰਗ 'ਚ ਸਾਨੂੰ ਵੀ ਹੁੰਦਾ ਵੀ ਚਲੋ ਬੱਚਾ ਸਿੱਧੇ ਰਾਹ ਲੱਗਿਆ, ਕਈ ਤੁਹਾਨੂੰ ਪਤਾ ਅੱਜ ਕੱਲ੍ਹ ਨਸ਼ਿਆਂ 'ਚ ਵੜ ਜਾਂਦੇ, ਕਦੀ ਕਿਤੇ ਕੋਈ ਕਰਦਾ ਰਹਿੰਦਾ ਗਲਤ ਕੰਮ, ਪਰ ਇਹ ਸਾਨੂੰ ਇੰਨਾ ਵੀ ਮਾਣ ਇਹਦੇ 'ਤੇ ਆਪਣਾ ਬੱਚਾ ਸਹੀ ਹੈਗਾ। ਬਿਲਕੁਲ ਜੀ ਬਿਲਕੁਲ, ਵੇਖ ਲਓ ਤਰੀਫਾਂ ਬੜੀਆਂ ਭਾਈ ਕਰਦਾ ਪਿਆ। ਹਾਂਜੀ ਹਾਂਜੀ, ਹੋਰ ਕੀ ਸੁਣਾਉਣਾ ਚਾਹੁੰਦੇ ਹੋ? ਹੋਰ ਮਾਸਟਰ ਸਿੰਘ ਸਾਹਿਬ ਦਾ ਗਾਣਾ ਸੁਣਾਉਣਾ ਚਾਹੁੰਦੇ। ਆ ਸੱਜਣੀ ਰਲ ਗੱਲਾਂ ਕਰੀਏ, ਸਾਨੂੰ ਅੰਤ ਵਿਛੜਨਾ ਪੈ ਜਾਣਾ, ਮੈਂ ਕੀ ਕਰਦੀ ਵੇ ਦੱਸ ਸੱਜਣਾ, ਨੀ ਤੂੰ ਜਾਂਦੀ ਵਾਰੀ ਕਹਿ ਜਾਣਾ, ਮੇਰੇ ਹੱਸੇ ਖੁਸ਼ੀਆਂ ਰੋਣਕ ਨੂੰ ਤੂੰ ਹੱਥੀ ਲੁੱਟ ਕੇ ਲੈ ਜਾਣਾ, ਉਹ ਮੇਰੀ ਸੀ ਕਦੇ ਮੇਰੀ ਸੀ, ਨੀ ਅਸੀਂ ਇਹੋ ਕਹਿੰਦੇ ਰਹਿ ਜਾਣਾ, ਦੂਰ ਮੇਰੇ ਤੋਂ ਜਾ ਨਹੀਂ ਸਕਦੀ, ਹੋਰ ਕਿਸੇ ਨੂੰ ਚਾਹ ਨਹੀਂ ਸਕਦੀ, ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ, ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ, ਉਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ। ਜੀ ਬਿਲਕੁਲ, ਇਸ ਬੱਚੇ ਨੂੰ ਸਪੋਰਟ ਜ਼ਰੂਰ ਕਰਿਓ। ਸਪੋਰਟ ਕਿਸ ਤਰੀਕੇ ਨਾਲ ਕਰਨੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ, ਕਿਉਂਕਿ ਬਹੁਤ ਸਾਰੇ ਦਰਸ਼ਕ ਐਸੇ ਮਿਹਰਬਾਨ ਹੁੰਦੇ ਨੇ ਕਿ ਜਿਹੜੇ ਇਹਨਾਂ ਬੱਚਿਆਂ ਵਾਸਤੇ ਅੱਗੇ ਆਉਂਦੇ ਨੇ, ਇਹਨਾਂ ਦੀ ਸਪੋਰਟ ਕਰਦੇ ਨੇ। ਸਪੋਰਟ ਕਿਸ ਤਰੀਕੇ ਨਾਲ ਕਰਦੇ ਨੇ ਕਿ ਇਹਨਾਂ ਦੀ ਗਾਇਕੀ ਦੇ ਖੇਤਰ ਦੇ ਵਿੱਚ ਇਹਨਾਂ ਦਾ ਨਾਮ ਬਣਾਉਂਦੇ ਨੇ। ਅਸੀਂ ਵੀ ਚਾਹਾਂਗੇ ਕਿ ਇਸ ਬੱਚੇ ਵਾਸਤੇ ਜ਼ਰੂਰ ਕੋਈ ਨਾ ਕੋਈ ਵੀਰ ਅੱਗੇ ਆਵੇ, ਤਾਂ ਜੋ ਇਸ ਬੱਚੇ ਦੀ ਸਪੋਰਟ ਹੋ ਸਕੇ, ਇਹ ਵੀ ਇੱਕ ਨਾਮਵਰ ਗਾਇਕਾਂ ਦੀ ਲਿਸਟ 'ਚ ਆ ਸਕੇ। ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।